ਜਿਹਨੇ ਵੀ ਸਾਡੇ ਸਤਿਕਾਰਯੋਗ ਵੀਰ ਇਸ ਖੇਡ ਮੇਲੇ ਦੇ ਨਾਲ ਜੁੜੇ ਹੈ, ਆਪਾਂ ਇਹਨਾਂ ਸਾਰੇ ਵੀਰਾਂ ਦਾ ਸਤਿਕਾਰ ਕਰਦੇ ਹਾਂ ਜੀ। ਇੰਡੀਅਨ ਫੌਜੀ ਪਾਈਪ ਬੈਂਡ ਬਲਵਿੰਦਰ ਸਿੰਘ ਢਿੱਲੋਂ ਸਰੀਏ ਵਾਲੇ ਦੀ ਬਿਲਡਿੰਗ ਦੇ ਉੱਪਰ ਸਾਹਮਣੇ ਪਾਰਸ ਹੋਟਲ ਲੀਗ ਵਾਲਾ ਤਲਾਬ ਲੱਕੜ ਮੰਡੀ ਬਟਾਲਾ। ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ, ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਇੰਡੀਅਨ ਫੌਜੀ ਪਾਈਪ ਬੈਂਡ, ਕਿਉਂਕਿ ਦੁਨੀਆ ਦੇ ਵੱਖ ਵੱਖ ਰਾਗ, ਦੁਨੀਆ ਦੇ ਵੱਖ ਵੱਖ ਸਾਜ਼ ਖੁਸ਼ੀ ਗਮੀ ਦੇ ਮੌਕੇ ਤੇ ਵੱਜਦੇ ਹੈ, ਪਰ ਢੋਲ ਅਜਿਹਾ ਸਾਜ਼ ਹੈ ਜਿਹੜਾ ਸਿਰਫ ਦਾ ਸਿਰਫ ਖੁਸ਼ੀ ਦੇ ਮੌਕੇ ਤੇ ਵੱਜਦਾ, ਜਿਹੜਾ ਸਿਰਫ ਦਾ ਸਿਰਫ ਖੁਸ਼ੀ ਦੇ ਮੌਕੇ ਤੇ ਵੱਜਦਾ। ਢੋਲਾ ਟੱਪੇ ਬਾਲੋ ਮਾਈਆ ਬੋਲੀਆਂ ਜੁਗਨੀ ਦੋਗੇ, ਢੋਲਾ ਟੱਪੇ ਬਾਲੋ ਮਾਈਆ ਬੋਲੀਆਂ ਜੁਗਨੀ ਦੋਗੇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਬਜੀਤ ਸਿੰਘ ਜੀ ਐਸਆਈ ਸਾਹਿਬ, ਜਿਹਨਾਂ ਦਾ ਬੇਟਾ ਬਲਜੋਤ ਬੱਲੂ ਕਹਿੰਦੇ ਪਿਆਰ ਦੇ ਨਾਲ ਕਬੱਡੀ ਮੈਦਾਨ ਦੇ ਵਿੱਚ ਉਹਨਾਂ ਦਾ ਬੇਟਾ ਪੁੱਜੁਕਿਆ। ਬਹੁਤ ਵਧੀਆ ਟੀਮ ਤੁਹਾਡੇ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਦੋਨੋਂ ਟੀਮਾਂ ਜਿਹੜੀਆਂ ਉਹ ਪੁੱਜ ਚੁੱਕੀਆਂ ਨੇ। ਸੋ ਪਹਿਲੇ ਅਰਦਾਸ ਹੋਣੀ ਹੈ ਬਈ ਮਾਲਕ ਦਾ ਨਾਮ, ਮਾਲਕ ਨੂੰ ਯਾਦ ਕੀਤਾ ਜਾਵੇਗਾ। ਬਾਬਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਅਰਦਾਸ ਕਰਨ ਦੇ ਵਾਸਤੇ ਦੋ ਕਦਮ ਆ ਜਾਓ ਤੇ ਮਾਲਕ ਨੂੰ ਆਪਾਂ ਯਾਦ ਕਰੀਏ ਕਿ ਸਫਰੀ ਸਭ ਝਗੜਾ ਅੰਦਰ ਦਾ ਨਾ ਮਸਜਿਦ ਦਾ ਨਾ ਮੰਦਰ ਦਾ, ਜਿਹਨੇ ਭੇਦ ਇਲਾਹੀ ਸਮਝ ਲਿਆ ਉਹ ਆਪਣਾ ਬੇਗਾਨਾ ਕੀ ਜਾਣੇ, ਨਾਨਕ ਦੀਆਂ ਗੁੰਜੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ, ਨਾਨਕ ਦੀਆਂ ਗੁੰਜੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਪਹਿਲੇ ਅਰਦਾਸ ਹੋਵੇਗੀ, ਉਸ ਤੋਂ ਬਾਅਦ ਕਬੱਡੀ ਕੱਪ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣੀ ਹੈ। ਸੋ ਅਰਦਾਸ ਕਰਨ ਤੋਂ ਉਪਰੰਤ ਖੇਡ ਮੇਲੇ ਦੀ ਸ਼ੁਰੂਆਤ ਹੋਣੀ ਹੈ। ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਸੰਧੂ ਸਾਹਿਬ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੈ, ਨਾਲ ਸਾਡੇ ਬਲ ਸਾਹਿਬ ਸੁਖਵਿੰਦਰ ਸਿੰਘ ਜੀ, ਬਲ ਸਾਹਿਬ ਬਲ ਟਰੈਕਟਰਸ ਦੁਨੀਆ ਦੇ ਵਿੱਚ ਬੜੀ ਏਜੰਸੀ ਪੂਰਾ ਹੈ, ਅੱਜ ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੀ ਪ੍ਰਾਪਤੀ ਦੇ ਵਾਸਤੇ। ਤੇ ਭਾਈ ਗੁਰਵੇਲ ਸਿੰਘ ਬਲਪੁਰੀਆ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਅਰਦਾਸ ਕਰਨ ਤੋਂ ਬਾਅਦ ਫਿਰ ਖੇਡ ਮੇਲੇ ਦੀ ਸ਼ੁਰੂਆਤ ਕਰਨੀ ਹੈ, ਅਰਦਾਸ ਹੋਣ ਜਾਰੀ ਹੈ। ਹੈਲੋ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੇਰੀ ਕਿਰਪ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਸੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੁਯਾਗਿਆਕਾਰੀ ਜੀ, ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਣੀ ਜੀ, ਤੁਧ ਅੱਗੇ ਅਰਦਾਸ ਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਹੋ ਨਾ ਜਾਣੇ, ਮੇਰਾ ਵਾਹਿਗੁਰੂ 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 ਵਾਹਿਗੁਰੂ, ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਗਰਾਸ, ਤਾਂ ਕੋ ਵਿਘਨ ਕੋ ਲਾਗੈ, ਜਾਂ ਕੀ ਪ੍ਰਭ ਅੱਗੇ ਅਰਦਾਸ, ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਸਾਹਿਬ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦੋਂ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜੇ ਡਿੱਠੇ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਸਿਮਰੀਐ, ਕਰ ਨਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਗੁਰੂਆਂ ਦੀ ਆਤਮਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾਤਾ ਧਿਆਨ ਧਰ ਖਾਲਸਾ ਸਾਹਿਬ, ਬੋਲਣਾ ਜੀ ਵਾਹਿਗੁਰੂ
वाहे गुरु गुरु साहिबान दे साजे नवाजे पंज प्यारे चार साहिबजादे चालिया मुकतिया हतिया जपिया तपिया जिन्ना नाम जपिया वंड छकिया देव तिलाई तेग वाही देके अंडिट कीता तिन्ना प्यारिया सत्यारिया दी कमाई दा ध्यान कर खालसा साहिब बोलना जी वाहे गुरु वाहे गुरु जिन्ना सिंघा सिंघणिया ने धर्म हेसी दित्ते बंद बंद कटाए ਕੋਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾਂ ਸੁਵਾਸਾਂ ਸੰਗ ਨਵਾਹੀ ਤਨਾ ਪੁਰਾਤਨ ਤੇ ਵਰਤਮਾਨ ਸਮੂਹ ਸਿੰਘਾਂ ਸਿੰਘਣੀਆਂ ਪੁਚੰਗੀਆਂ ਸ਼ਹੀਦਾਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਬਦ ਖਾਲਸਾ ਜੀ ਕੇ ਅਰਦਾਸ ਬਦ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਦਾ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੁੱਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਸਿਨਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜੈਕਾਰ ਖਾਲਸੇ ਜੀ ਕੇ ਬੁੱਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਗੁਰੂ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਕੇ ਬੇਨਤੀ ਜੋਦੜੀ ਅਰਦਾਸ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਸ ਵਾਰੀ ਤੀਸਰਾ ਕਬੱਡੀ ਗੋਲਡ ਕੱਪ ਜੋ ਗੁਰੂ ਨਾਨਕ ਕਾਲਜ ਦੀ ਗਰਾਊਂਡ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਸੱਚੇ ਪਾਤਸ਼ਾਹ ਮੁੱਖ ਪ੍ਰਬੰਧਕ ਦਲਵੀਰ ਸਿੰਘ ਜੀ ਸੰਤੋਖ ਸਿੰਘ ਢੱਲੂ ਜੀ ਉਹਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਤਿਆਰੀਆਂ ਕੀਤੀਆਂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸੱਚਿਆ ਪਾਤਸ਼ਾਹ ਇਸ ਤਰ੍ਹਾਂ ਸਿੱਖ ਨੌਜਵਾਨ ਅੰਮ੍ਰਿਤ ਛਕਣ ਦਾ ਵੱਲੋਂ ਤੋਂ ਬਖਸ਼ਣਾ ਕਿਰਪਾ ਕਰ ਸੱਚਿਆ ਪਾਤਸ਼ਾਹ ਕਬੱਡੀ ਖੇਡਣ ਵਾਲੇ ਪਲੇਅਰਾਂ 'ਤੇ ਮਿਹਰ ਭਰਿਆ ਹੱਥ ਰੱਖਣਾ ਸੱਚਿਆ ਪਾਤਸ਼ਾਹ ਦੀਨ ਦਰਦ ਦੁੱਖ ਪੰਜਨਾ ਘੱਟ ਘੱਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਊਰਾ ਪ੍ਰਭ ਅਰਾਧਿਆ ਊਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਤੁਧ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਸਿੱਖ ਪੜਦੇ ਸਰਬ ਸੁਣਦੇ ਸਰਬਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਛੇ ਢੰਗ ਦੇ ਨਾਲ ਗੁਰਵੀਰ ਸਿੰਘ ਜੀ ਬਲਪੁਰੀਆਂ ਵੱਲੋਂ ਉਹਨਾਂ ਦੀ ਸਾਰੇ ਸਾਥੀਆਂ ਵੱਲੋਂ ਅਰਦਾਸ ਕੀਤੀ ਹੈ। ਅਰਦਾਸ ਕਰਨ ਉਪਰੰਤ ਆਪਾਂ ਇਸ ਖੇਡ ਮੇਲੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਢੋਲ ਬਾਜਿਆਂ ਦੇ ਨਾਲ ਇਸ ਖੇਡ ਮੇਲੇ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣ ਜਾ ਰਹੀ ਹੈ ਢੋਲ ਬਾਜਿਆਂ ਦੇ ਨਾਲ। ਸੋ ਦੋਨਾਂ ਟੀਮਾਂ ਨੂੰ ਲਾਈਨ ਅਪ ਕਰਵਾ ਦਿਓ ਜੀ, ਦੋਨੋਂ ਟੀਮਾਂ ਜਿਹੜੀਆਂ ਲਾਈਨ ਅਪ ਕੀਤੀਆਂ ਜਾਣ ਤਾਂ ਕਿ ਟੀਮਾਂ ਨੂੰ ਆਸ਼ੀਰਵਾਦ ਦਿੱਤਾ ਜਾ ਸਕੇ। ਸਾਰੀਆਂ ਸੰਗਤਾਂ ਆ ਜਾਓ ਸਾਡੇ ਲਾਗੇ, ਹੁਣ ਗਰਾਊਂਡ ਦੇ ਲਾਗੇ ਆ ਜਾਓ।
ताकि आप इस तीसरे गोल्ड कबड्डी कप नूं तक सकीए। मेहरबानी करके जिथे भी साड़ी जितों तक साड़ी आवाज जा रही है सारी संगत आज आप इस खेड मेले के नाल जुड़िए। गुरु नानक कॉलेज बटाला जिला गुरदासपुर ते तीसरा गोल्ड कबड्डी कप बड़ी धूमधाम के नाल शुरू होने जा रहा। गुरु की फौजा साढ़े जथेदार साहब जिन्हें भी साढ़े पदवंते सज्जन पहुंचे है आप उन्हों का भी स्वागत करते हैं सारी प्रबंधकी कमेटी वालों। एक पासे माझा अकैडमी ते दूसरे पासे गुरु रामदास माझा अकैडमी अमृतसर की टीम ते दूसरे पासे गुरु नानक कबड्डी क्लब बटाले की टीम। ते सेवक भाजी कर लो हुण सारे कैमरे फोकस, सारी दुनिया जिस खेड मेले नूं देख रही है और वधिया ढंग दे नाल इस खेड मेले की जिहड़ी शुरुआत है वो हो चुकी है। दलवीरा कोच दलविंदर ढल्लू जी, दलवीरे भाजी ने मैनूं जानकारी दित्ती सी कि अली जी मेरा नाम जिहड़ा ना वो नहीं, आपां सारे प्रबंधकां दी गल करनी है पंजाब दी धरती से भावे लोग लखा ही पैसा खर्च करते हैं पर आ जरा ढोल का नजारा ना ये वक्री गल है, वक्री गल है कि ढोला टप्पे बाले माइया बोलिया जुगनी दोगे, ढोला टप्पे बालो माइया बोलिया जुगनी दोगे। सारे वीर आप धन्यवाद करते हैं। हाँ जी सर, टीमां नूं बेनती है कि जल्दी तो जल्दी आप टाइयां पाउण लगे हाँ भाई, आ जाओ मुख स्टेज दे लागे, आ जाओ मुख स्टेज दे लागे। ते जिहड़े साडे भरा जिहड़े कुर्सियां ते बैठे आ परले पासे भाई, आपां मुकाबलियां दी शुरुआत करन लगे हाँ। प्रबंधकां दे नां दी इक जोरदार ताड़ी मार दिओ सारे दर्शक, क्योंकि पैसे खर्च करने भाई बड़े औखे है, पैसे कमाने भी बड़े औखे है ते पैसे दान देने भी बड़े औखे है। कि साहिब हत बड़े आईया जिस भावे तिस दे, साहिब हत बड़े आईया जिस भावे तिस दे। ताड़िया दे नाल स्वागत किया गया, ताड़िया मार के ताड़िया बजा के अज माण कर दी है दुनिया। सो लक्की भाजी धन्यवाद करते हैं जिन्हें भी साडे सत्कारयोग वीर इस खेड मेले नूं बड़ा सहयोग कर रहे हैं, उन्हां सारे भरावां दा, उन्हां सारे पदवंते सज्जणां दा आपां तहे दिल तों धन्नवाद करदे हां। सदियां हुईयां